ਪੰਜਾਬ ਦੀ ਸਿਆਸਤ ਚ ਅੱਜ ਕਿਸਾਨ ਜਥੇਬੰਦੀਆਂ ਉੱਤਰ ਰਹੀਆਂ ਨੇ ਲਗਾਤਾਰ ਦਿੱਲੀ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਮੋਰਚਾ ਲਗਾਇਆ ਤੇ ਲਗਾਤਾਰ ਕਹਿੰਦੇ ਰਹੇ ਕਿ ਸਾਡਾ ਰਾਜਨੀਤੀ ਕੋਈ ਮਕਸਦ ਨਹੀਂ ਹੈ ਪਰ ਅੱਜ ਪੰਜਾਬ ਦੀਆਂ ਜਥੇਬੰਦੀਆਂ ਸਿਆਸਤ ਦੇ ਵਿੱਚ ਉੱਤਰ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਅੱਜ ਇੱਕ ਧਿਰ ਬਣਉਣ ਜਾ ਰਹੀ ਹੈ ਗੱਲਬਾਤ ਕਰਾਂਗੇ ਪੰਜਾਬ ਦੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਸ਼ਰਮਾ ਜੀ ਸਭ ਤੋਂ ਵੱਡੀ ਗੱਲ ਹੈ ਕਿ ਜਥੇਬੰਦੀ ਅੱਜ ਧਿਰ ਬਣਨ ਜਾ ਰਹੀ ਹੈ ਤੁਸੀਂ ਲਗਾਤਾਰ ਕਹਿੰਦੇ ਰਹੇ ਕਿ ਇਹ ਸਿਆਸਤ ਕਰਨੀ ਹੈ ਸਿਆਸਤ ਕਰ ਰਹੀਆਂ ਹੁਣ ਐਸਾ ਕਿ ਵੈਸੇ ਤੇ ਲੋਕਤੰਤਰ ਦੇ ਅੰਦਰ ਹਰ ਵਿਅਕਤੀ ਨੂੰ ਹਰ ਸੰਸਥਾ ਨੂੰ ਚੋਣ ਲੜਨ ਦਾ calright ਬਣਾਉਣ ਦਾ ਅਧਿਕਾਰ ਹੈ ਲੇਕਿਨ ਅੰਦੋਲਨਕਾਰੀ ਕਿਸਾਨ ਵੀਰਾਂ ਨੇ ਔਰ ਜੱਥੇਬੰਦੀਆਂ ਨੇ ਬਾਰ ਬਾਰ ਕਿਹਾ ਕਿ ਸਾਡਾ ਰਾਜਨੀਤੀ ਤੋਂ ਕੋਈ ਲੈਣਾ ਦੇਣਾ ਨਹੀਂ ਲੇਕਿਨ ਉਸ ਵੇਲੇ ਵੀ ਜਿਸ ਪ੍ਰਕਾਰ ਦਾ ਵਾਤਾਵਰਣ ਬਣ ਰਿਹਾ ਸੀ ਸਾਨੂੰ ਇਹ ਸ਼ੰਕਾ ਸੀ ਕਿ ਰਾਜਨੀਤੀ ਦੇ ਅੰਦਰ ਆਣ ਕੇ ਤੇ ਜੋ ਸਾਡੀਆਂ ਸ਼ੰਕਾ ਸੀ ਉਹ ਅੱਜ ਪੂਰੀ ਹੋ ਰਹੀਆਂ ਲੇਕਿਨ ਆ ਸਵਾਗਤ ਹੈ ਉਹਨਾਂ ਦਾ ਕੀ ਕੀ ਲੱਗਦਾ ਹੈ ਕਿਉਂਕਿ ਚਰਚਾਵਾਂ ਬਹੁਤ ਨੇ ਤੁਸੀਂ ਲਗਾਤਾਰ ਸਵਾਲ ਖੜੇ ਕਰਦੇ ਰਹੇ ਸੀ ਕਿ ਕਾਂਗਰਸ ਪਾਰਟੀ ਇਹ ਅੰਦੋਲਨ ਚਲਵਾ ਰਹੀ ਹੈ ਕਿ ਲੱਗਦਾ ਕਿ ਕਾਂਗਰਸ ਪਾਰਟੀ ਦਾ ਜੋ ਮੋਰਚਾ ਬਣ ਰਿਹਾ ਜਾਂ ਧਿਰ ਬਣ ਰਹੀ ਹੈ ਜਾਂ ਪਾਰਟੀ ਬਣ ਰਹੀ ਹੈ ਉਸ ਪਿੱਛੇ ਕਾਂਗਰਸ ਪਾਰਟੀ ਦਾ ਕੋਈ ਹੱਥ ਹੈਗਾ ਐਸਾ ਹੈ ਕਿ ਅੱਜ ਉਹਨਾਂ ਦੀ ਪ੍ਰੈਸ ਕਾਨਫਰੰਸ ਹੋ ਲੈਣ ਦੋ ਉਸ ਤੋਂ ਬਾਅਦ ਪੂਰੇ ਪੰਜਾਬੀਆਂ ਨੂੰ ਪਤਾ ਲੱਗ ਜਾਣਾ ਹੈ ਕਿ ਕੌਣ-ਕੌਣ ਇਹਦੇ ਪਿੱਛੇ ਸੀ ਔਰ ਪੰਜਾਬੀ ਜਿਹੜੇ ਨੇ ਉਹ ਭੋਲੇ ਭਾਲੇ ਜਰੂਰ ਨੇ ਲੇਕਿਨ ਰਾਜਨੀਤਿਕ ਤੌਰ ਦੇ ਉਤੇ ਬੜੇ ਰਿਚ ਨੇ ਔਰ ਇਹ ਸਾਰੇ ਘਟਨਾਕ੍ਰਮ ਦੇ ਉਤੇ ਪੰਜਾਬੀਆਂ ਦੀ ਵੀ ਨਜ਼ਰ ਹੈ ਔਰ ਮੈਨੂੰ ਲੱਗਦਾ ਹੈ ਕਿ ਸ਼ਾਮ ਤੱਕ ਪੂਰੀ ਪਿਕਚਰ ਜਦੋਂ ਕਲੀਅਰ ਹੋਏਗੀ ਤੇ ਇਹਨਾਂ ਦੇ ਜਿਹਨੇ ਬਾਰ-ਬਾਰ ਇਹ ਘੋਸ਼ਣਾਵਾਂ ਕਰਦੇ ਸੀ ਕਿ ਅਸੀਂ ਕਦੀ ਵੀ ਰਾਜਨੀਤੀ ਨਹੀਂ ਕਰਾਂਗੇ ਸਾਡਾ ਮਕਸਦ ਕੇਵਲ ਕਿਸਾਨ ਹੈ ਅਸੀਂ ਕਿਸਾਨਾਂ ਦੀ ਗੱਲ ਹੀ ਕਰਨੀ ਹੈ ਅੱਜ ਮੋਰਚਾ ਅਗਰ ਬੰਦਾ ਹੈ ਤੇ ਫਿਰ ਸਵਾਲ ਖੜੇ ਹੋਣਗੇ ਕਿ ਉਸ ਵੇਲੇ ਤੁਸੀਂ ਸਿੱਧੇ ਤੌਰ ਤੇ ਪਹਿਲਾਂ ਹੀ ਪਾਰਟੀ ਬਣਾ ਲੈਣੀ ਚਾਹੀਦੀ ਸੀ ਤੁਹਾਨੂੰ ਅੰਦੋਲਨ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਲਗਾਤਾਰ ਸਵਾਲ ਖੜੇ ਕਰਦੀ ਰਹੀ ਹੈ ਕਿਸਾਨਾਂ ਦੇ ਉੱਪਰ ਕਿ ਇਹ ਕਿਤੇ ਨਾ ਕਿਤੇ ਕੋਈ ਪੋਲਿਟੀਕਲ ਪਾਰਟੀਆਂ ਵੱਲੋਂ ਹੈਗੇ ਹੈ ਪਰ ਹੁਣ ਉਹ ਕਹਿੰਦੇ ਅਸੀਂ ਸਮਾਜ ਸੁਧਾਰਨਾ ਤੇ ਜੋ ਸਾਡੇ ਸੋਰਸਸ ਦੱਸ ਰਿਹਾ ਉਹਨਾਂ ਦਾ ਜਿਹੜਾ ਮੋਰਚੇ ਦਾ ਨਾਮ ਵੀ ਹੈ ਸਮਾਜ ਸੁਧਾਰ ਮੋਰਚਾ ਰੱਖ ਰਹੇ ਹੈਗੇ ਆ ਕਿ ਲੱਗਦਾ ਕਿ ਹੁਣ ਪੰਜਾਬ ਦੇ ਸਮਾਜ ਸੁਧਰੂਗਾ ਸਮਾਜ ਸੁਧਰ ਜੂਗਾ ਉਸ ਮੋਰਚੇ ਦੇ ਨਾਲ ਕਿਉਂਕਿ ਲਗਾਤਾਰ ਉਹਨਾਂ ਨੇ ਸੰਘਰਸ਼ ਕੀਤਾ ਬਿੱਲ ਵਾਪਸ ਕਰਵਾਏ ਤੇ ਹੁਣ ਮੋਰਚਾ ਪੰਜਾਬ ਦੇ ਵਿੱਚ ਫਤਿਹ ਕਰ ਪਾਉਣਗੇ ਅਸਰ ਜਿੱਥੋਂ ਤੱਕ ਸਵਾਲ ਬਿੱਲ ਵਾਪਸੀ ਦਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਵੱਡਾ ਦਿਲ ਕਰਕੇ ਜਦੋਂ ਇਹ ਬਿੱਲ ਵਾਪਸ ਲਏ ਔਰ ਉਹਦੇ ਲਈ ਦਿਨ ਜਿਹੜਾ ਚੁਣਿਆ ਬਾਬਾ ਨਾਨਕ ਜੀ ਦੇ ਪ੍ਰਕਾਸ਼ ਉਤਸਵ ਨੂੰ ਚੁਣਿਆ। ਔਰ ਉਹਨਾਂ ਦੀ ਲਾਈਨ ਜਿਹੜੀ ਹੈ ਬੜੇ ਧਿਆਨ ਨਾਲ ਸੁਣਨ ਵਾਲੀ ਸੀ ਸੰਬੋਧਨ ਚ ਕਿ ਇਹ ਕਿਸਾਨ ਦੀ ਭਲਾਈ ਲਈ ਕਿਸਾਨ ਦੇ ਹਿੱਤ ਲਈ ਮੈਂ ਬਿੱਲ ਲਿਆਂਦੇ ਸੀ। ਲੇਕਿਨ ਪੰਜਾਬ ਆਪਣਾ ਹਿੰਦੂਸਤਾਨ ਦੀ ਦੇਸ਼ ਦੇ ਕਾਰਨ ਦੇਸ਼ ਦੇ ਹਿੱਤ ਦੇ ਅੰਦਰ ਨੂੰ ਮੈਂ ਵਾਪਸ ਲੈ ਰਿਆ। ਔਰ ਜਿਸ ਪ੍ਰਕਾਰ ਦੇ ਘਟਨਾਕ੍ਰਮ ਪੰਜਾਬ ਚ ਹੋ ਰਹੇ ਨੇ ਉਹ ਜਿਹੜਾ ਦੇਸ਼ ਦਾ ਹਿੱਤ ਸੀ ਅੱਜ ਪੰਜਾਬੀਆਂ ਨੂੰ ਸਮਝ ਆ ਰਿਹਾ। ਕਿਉਂਕਿ ਜਿਨ੍ਹਾਂ ਲੋਕਾਂ ਨੂੰ ਪੰਜਾਬ ਦੇ ਅੰਦਰ ਭਾਈਚਾਰਾ ਰਾਸ ਨਹੀਂ ਆਂਦਾ ਹਿੰਦੂ ਸਿੱਖ ਇਕਤਾ ਸੱਦ ਭਾਵਨਾ ਚੰਗੀ ਨਹੀਂ ਲੱਗਦੀ ਉਹ ਤਾਕਤਾਂ ਜਿਹੜੀਆਂ ਅੰਦੋਲਨ ਦੀ ਆੜ ਦੇ ਅੰਦਰ ਸਿਰ ਚੁੱਕੀਆਂ ਸੀ ਔਰ ਪ੍ਰਧਾਨ ਮੰਤਰੀ ਜੀ ਨੇ ਅੰਦੋਲਨ ਸਮਾ ਆਪਣਾ ਕਾਨੂੰਨ ਵਾਪਸੀ ਦੀ ਘੋਸ਼ਣਾ ਕਰਕੇ ਉਹ ਕਾਰਨ ਸਮਾਪਤ ਕੀਤਾ ਜਿਸ ਦੇ ਨਾਲ ਪੰਜਾਬੀ ਇਕਤਾ ਹਿੰਦੂ ਸਿੱਖ ਇਕਾ ਸੱਦ ਭਾਵਨਾ ਜਿਹੜੀ ਹੈ ਉਹਨੂੰ ਮਜ਼ਬੂਤੀ ਮਿਲੀ ਔਰ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕਦ ਪਹਿਲਾਂ ਹੀ ਬਹੁਤ ਵੱਡਾ ਸੀ ਔਰ ਪੰਜਾਬੀਆਂ ਦੇ ਹਿਰਦੇ ਅੰਦਰ ਉਹਨਾਂ ਦੇ ਲਈ ਪਿਆਰ ਜਿਹੜਾ ਨਾ ਹੋਰ ਉਮੜਿਆ ਉਹਨਾਂ ਨੂੰ ਲੱਗਦਾ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਹਮੇਸ਼ਾ ਕਿਸਾਨਾਂ ਦੇ ਹਿੱਤ ਵਿੱਚ ਸੀ ਔਰ ਕਿਸਾਨਾਂ ਦੇ ਹਿੱਤ ਵਿੱਚ ਹੈ ਔਰ ਇਹ ਗੱਲ ਪ੍ਰਧਾਨ ਮੰਤਰੀ ਜੀ ਨੇ ਵੀ ਕਿ ਕਿ ਮੈਂ ਕਿਸਾਨਾਂ ਦੀ ਭਲਾਈ ਦੇ ਲਈ ਕੰਮ ਕਰਦਾ ਰਹਾਂਗਾ ਇਹਦਾ ਮਤਲਬ ਏਡੇ ਵੀ ਸ਼ਾਲ ਹਿਰਦੇ ਨਾਲ ਜਦੋਂ ਉਹਨਾਂ ਨੇ ਵਾਪਸ ਲਏ ਹੈ ਕਾਨੂੰਨ ਉਹਦੀ ਸ਼ਲਾਘਾ ਸਾਰੂ ਪੱਛੇ ਪੰਜਾਬ ਨੇ ਔਰ ਪੰਜਾਬੀਆਂ ਨੇ ਕੁੱਲੇ ਮੰਨ ਲ ਕੀਤੀ ਹੈ ਅੱਜ ਅੰਦੋਲਨਕਾਰੀ ਵੀਰ ਅਗਰ ਕੋਈ ਮੋਰਚਾ ਬਣਾਉਣ ਲੱਗੇ ਨੇ ਮੈਂ ਤਾਂ ਇਸ ਵੇਲੇ ਤਾਂ ਉਹਨਾਂ ਨੂੰ ਸ਼ੁਭਕਾਮਨਾ ਵੀ ਦਿਆਂਗਾ ਲੇਕਿਨ ਪੰਜਾਬ ਵਾਲੇ ਔਰ ਪੰਜਾਬੀ ਔਰ ਪੰਜਾਬ ਦਾ ਮੋਟਰ ਜ਼ਰੂਰ ਪੁੱਛੇਗਾ ਕਿ ਅੰਦੋਲਨ ਦਾ ਮਕਸਦ ਅਗਰ ਕਿਸਾਨ ਸੀ ਤੇ ਉਹ ਤਾਂ ਕਾਨੂੰਨ ਵਾਪਸ ਹੋ ਗਏ ਅੰਦੋਲਨ ਦੀ ਵਾਪਸੀ ਹੋ ਗਈ ਹੁਣ ਜਿਹੜੇ ਲੋਕ ਸਟੇਜਾਂ ਤੋਂ ਬਾਰ-ਬਾਰ ਬੋਲਦੇ ਸੀ ਕਿ ਅਸੀਂ ਸਾਡਾ ਰਾਜਨੀਤੀ ਤੋਂ ਕੋਈ ਲੈਣਾ ਦੇਣਾ ਨਹੀਂ ਹੈ ਸਾਡੇ ਮਗਰ ਕੋਈ ਰਾਜਨੀਤਿਕ ਦਲ ਨਹੀਂ ਹੈ ਅੱਜ ਉਹਨਾਂ ਨੂੰ ਜਵਾਬ ਤਾਂ VOTER ਪੁੱਛੇ ਗਈ ਅਸਲੀ ਜੀ ਰਾਜਨੀਤੀ ਤੋਂ ਆਪਾਂ ਕੀ ਕੀ ਅੰਦੋਲਨ ਚ ਇੱਕ ਪਾਰਟੀ ਨਿਰਜਾਣਿਤੀ ਨਿਕਲੀ ਸੀਗੀ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਉਹਨਾਂ ਨੇ ਕਲੀਨ ਸਵੀਪ ਕੀਤਾ ਤਿੰਨ ਵਾਰ ਮੁੱਖ ਮੰਤਰੀ ਬਣੇ ਹੁਣ ਇਹੀ ਪਾਰਟੀ ਆਪਾਂ じゃ ਕਿਹਾ ਲੀ ਕਿ ਮੋਰਚਾ ਇਸ ਅੰਦੋਲਨ ਚ ਨਿਕਲ ਰਿਹਾ ਪੰਜਾਬ ਚ ਆਮਾ ਦੀ ਪਾਰਟੀ ਵੀ ਚ ਉਹਨਾਂ ਲੜ ਰਹੀ ਹੈ ਤੇ ਇਹ ਵੀ ਜਿਹੜਾ ਆਪਾਂ ਕਹੀਏ ਕਿ ਸਮਾਜ ਸੁਧਾਰ ਮੋਰਚਾ ਜਾਂ ਕਿਸਾਨਾਂ ਦੀ ਧਿਰ ਹੈਗੀ ਇਹ ਵੀ ਇਲੈਕਸ਼ਨ ਲੜੂਗੀ ਸਪੇਸ ਹੈਗੀ ਪੋਲਿਟੀਕਲ ਸਪੇਸ ਹੈਗੀ ਪੰਜਾਬ ਦੇ ਵਿੱਚ ਕਿਉਂਕਿ ਕਿਤੇ ਨਾ ਕਿਤੇ ਅੰਦੋਲਨ ਦੇ ਵਿੱਚ ਆਪਾਂ ਦਿੱਲੀ ਦੇ ਵਿੱਚ ਦੇਖਿਆ ਕਿਵੇਂ ਪਾਰਟੀ ਨੂੰ ਸਪੋਰਟ ਮਿਲੀ ਸੀ ਐਸਾ ਕਿ ਇਸ ਅੰਦੋਲਨ ਦੇ ਅੰਦਰ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਉਹਨਾਂ ਨੂੰ ਕਾਰਕਰਤਾ ਕਹਿ ਲੋ ਕਿਸਾਨ ਕਹਿ ਲੋ ਅੰਦੋਲਨ ਦੇ ਅੰਦਰ ਸ਼ਾਮਿਲ ਸੀ ਹੁਣ ਜਦੋਂ ਚੋਣਾਂਬੀ ਬਿਗਲ ਬਚ ਚੁਕਿਆ ਹੈ ਉਹ ਆਪਣੀਆਂ ਆਪਣੀਆਂ ਪਾਰਟੀਆਂ ਚ ਵਾਪਸ ਜਾ ਚੁਕੇ ਨੇ ਇਸ ਕਰਕੇ ਇਹਦਾ ਕੋਈ ਰਾਜਨੀਤਿਕ ਲਾਭ ਮਿਲੇਗਾ ਐਸਾ ਮੈਨੂੰ ਨਹੀਂ ਲੱਗਦਾ ਕਿਉਂਕਿ ਆਮ ਆਦਮੀ ਪਾਰਟੀ ਵੀ ਪੰਜਾਬ ਦੇ ਅੰਦਰ ਆਪਣੀ ਵਿਸ਼ਵਾਸਨੀਅਤਾ ਖੋ ਚੁੱਕੀ ਹੈ ਔਰ ਜਿਸ ਪ੍ਰਕਾਰ ਉਹਨਾਂ ਦੇ ਚੁਣੇ ਹੋਏ ਵਿਧਾਇਕਾਂ ਨੇ ਪਾਰਟੀਆਂ ਬਦਲੀਆਂ ਉਹਦੇ ਤੋਂ ਉਹਨਾਂ ਦਾ ਪੰਜਾਬ ਦੇ ਅੰਦਰ ਜਿਹੜਾ ਗ੍ਰਾਫ ਹੈ ਉਹਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਔਰ ਉਹ ਵੀ ਵਿਸਾਕੀਆਂ ਲੱਭ ਰਹੇ ਨੇ ਇਸ ਵੇਲੇ। ਲੇਕਿਨ ਹਰ ਇੱਕ ਵਿਅਕਤੀ ਨੂੰ ਆਪਣਾ ਦਲ ਚੁਣਨ ਦਾ, ਦਲ ਬਣਾਉਣ ਦਾ, ਗਠਜੰਬੰਦਨ ਕਰਨ ਦਾ ਅਧਿਕਾਰ ਹੈ। ਲੇਕਿਨ ਅਲਟੀਮੇਟਲੀ ਪੰਜਾਬੀ ਵੋਟਰ ਨੇ ਤੈਅ ਕਰਨਾ ਕਿ ਉਹਨ ਕਿਹਦੇ ਨਾਲ ਜਾਣਾ ਹੈ। ਪੰਜਾਬ ਦੇ ਲੋਕਾਂ ਦੇ ਸਾਹਮਣੇ ਇੱਕ ਪਾਸੇ ਦਿੱਲੀ ਦੇ ਅੰਦਰ ਨਰਿੰਦਰ ਭਾਈ ਮੋਦੀ ਜੀ ਦੀ 7 ਸਾਲ ਦਾ ਕਾਰਜਕਾਲ ਹੈ ਜਿਨ੍ਹਾਂ ਨੇ ਦੇ ਰਾਜ ਦੇ ਅੰਦਰ ਕੋਈ ਭ੍ਰਸ਼ਟਾਚਾਰ ਨਹੀਂ ਹੋਇਆ ਜਿਨ੍ਹਾਂ ਦੀਆਂ ਜਿਤਨੀਆਂ ਵੀ ਨੀਤੀਆਂ ਉਹ ਗਰੀਬ ਆਦਮੀ ਲਈ ਕਮਜ਼ੋਰ ਆਦਮੀ ਨੂੰ ਸਮਰਪਿਤ ਹੈ ਕਿਸਾਨ ਨੂੰ ਸਮਰਪਿਤ ਹੈ ਔਰ ਇੱਕ ਸਥਿਰ ਸਰਕਾਰ ਜਿਸ ਦੇਸ਼ ਦੇ ਅੰਦਰ ਹੀ ਨਹੀਂ ਦੁਨੀਆ ਦੇ ਅੰਦਰ ਵੀ ਹਿੰਦੁਸਤਾਨ ਦੇ ਮਾਨ ਸਨਮਾਨ ਨੂੰ ਵਧਾਇਆ ਔਰ ਅੱਜ ਪੰਜਾਬੀ ਵੀ ਦੇਖ ਰਿਹਾ ਹੈ ਕਿ ਅਗਰ ਜਿਹੀ ਸਰਕਾਰ ਦਿੱਲੀ ਹੈ ਪੰਜਾਬ 'ਚ ਉਹ ਸਰਕਾਰ ਬੰਦੀ ਹੈ ਤੇ ਪੰਜਾਬ ਵਿਕਾਸ ਦੇ ਵੱਲ ਵੱਧ ਸਕਦਾ ਹੈ ਪੰਜਾਬ ਨੂੰ ਟਕਾਊ ਸਰਕਾਰ ਮਿਲ ਸਕਦੀ ਹੈ ਅੱਜ ਪੰਜਾਬ ਦੇ ਅੰਦਰ ਜਿਹੜਾ ਕਾਨੂੰਨ ਵਿਵਸਥਾ ਚਰਮ ਰਾਈ ਹੈ ਉੱਚ ਸੁਧਾਰ ਹੋ ਸਕਦਾ ਹੈ ਔਰ ਭਾਜਪਾ ਕਿ ਐਸੀ ਪਾਰਟੀ ਹੈ ਜਿਹੜੀ ਲਾਰੇ ਨਹੀਂ ਲਗਾਏਗੀ ਨਾ ਹੀ ਉਹ ਕਦੀ ਲਗਾਏ ਨੇ ਉਹ ਲੋਕਾਂ ਦੀਆਂ ਆकांक्षाਾਂ ਦੇ ਉੱਤੇ ਪੂਰਾ ਉਤਰੇਗੀ ਕਿਉਂਕਿ ਤੁਸੀਂ ਦੇਖੋ ਨਾ ਸੱਤਾ ਦਾ ਪਰਿਵਰਤਨ ਪਾਇ ਹੁੰਦਾ ਰਿਹਾ ਵਿਵਸਥਾ ਮੇ ਨਹੀਂ ਬਦਲੀਆਂ ਪੰਜਾਬ ਦੇ ਹਾਲਾਤ ਨਹੀਂ ਬਦਲੇ ਪੰਜਾਬ ਦੇ ਹਾਲਾਤ ਹੋਰ ਬੱਤਰ ਹੋਏ ਅਗਰ ਬੇਰੋਜ਼ਗਾਰੀ ਸੀ ਤੇ ਵਧੀ ਹੈ ਅਗਰ ਭ੍ਰਸ਼ਟਾਚਾਰ ਹੈ ਤੇ ਵਧਿਆ ਨਸ਼ਾਖੋਰੀ ਹੈ ਤੇ ਵਧੀ ਹੈ ਇਸ ਕਰਕੇ ਪੰਜਾਬ ਨੂੰ ਇੱਕ ਐਸੀ ਸਰਕਾਰ ਚਾਹੀਦੀ ਹੈ ਜਿਹੜੀ ਸਥਿਰ ਸਰਕਾਰ ਦੇ ਸਕੇ ਔਰ ਲਾਰੇबाजी ਤੋਂ ਔਰ ਗਰੰਟੀਆਂ ਤੋਂ ਘੋਸ਼ਨਾਵਾਂ ਤੋਂ ਨਹੀਂ ਇੱਕ ਮਜ਼ਬੂਤ ਪੰਜਾਬ ਬਣੇ ਮਜਬੂਰ ਪੰਜਾਬ ਨਹੀਂ ਅੱਜ ਪਾਰਟੀਆਂ ਕੀ ਕਰ ਰਹੀਆਂ ਉਹ ਮਜਬੂਰ ਪੰਜਾਬ ਬਣਾ ਰਹੀਆਂ ਨਿਸਹਾਇ ਪੰਜਾਬ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਲੋਕਾਂ ਨੂੰ ਸੁਪਨੇ ਦਿਖਾ ਕੇ ਅੱਜ ਪੰਜਾਬ ਨੂੰ ਜ਼ਰੂਰਤ ਹੈ ਕਿ ਇੱਕ ਮਜ਼ਬੂਤ ਸਰਕਾਰ ਹੋਏ ਔਰ ਮਜ਼ਬੂਤ ਪੰਜਾਬ ਬਣੇ ਇਸ ਕਰਕੇ ਭਾਜਪੀ ਲੋਕਾਂ ਦੀ ਦੇ ਲਈ ਵਿਕਲਪ ਵੀ ਹੈ ਪਸੰਦ ਵੀ ਹੈ ਔਰ ਕੇਂਦਰ ਦੇ ਰਾਜ ਨੂੰ ਨਰੇਂਦਰ ਭਾਈ ਮੋਦੀ ਜੀ ਦੇ ਸ਼ਾਸਨ ਨੂੰ ਲੋਕਾਂ ਨੇ ਦੇਖਿਆ ਵੀ ਹੈ ਪਰਖਿਆ ਵੀ ਹੈ ਇਸ ਕਰਕੇ ਉਹ ਬੀਜੇਪੀ ਨੂੰ ਜ਼ਰੂਰ ਪਰਖੇਗੇ ਪੰਜਾਬ ਚ ਐਸਾ ਮੇਰਾ ਮਤ ਕੋਈ ਸ਼ੱਕ ਨਹੀਂ ਪੂਰੇ ਭਾਰਤ ਦੇ ਵਿੱਚ ਬੀਜੇਪੀ ਦੀ ਚੜ੍ਹਤ ਹੈਗੀ ਹੈ ਪਰ ਜਿੱਥੋਂ ਤੱਕ ਗੱਲ ਪੰਜਾਬ ਦੀ ਜਦੋਂ ਪੰਜਾਬ ਉੱਤੇ ਆਉਂਦੀ ਤਾਂ ਬੀਜੇਪੀ ਦਾ ਹਜੇ ਤੱਕ ਉਸ ਹਿਸਾਬ ਦਾ ਕਾਡਰ ਜਿਹੜਾ ਬਾਕੀ 23 ਆਪਾਂ 23 ਹਲਕੇ ਤਾਂ ਛੱਡ ਕੇ ਬਾਹਰ ਖੜਾ ਨਹੀਂ ਹੋ ਸਕਿਆ ਤੇ ਉਸ ਤੋਂ ਬਾਅਦ ਸਿੱਖਤ ਕਿਸਾਨ ਮੋਰਚਾ ਵਿਰੋਧ ਲਗਾਤਾਰ ਕਰਦਾ ਰਿਹਾ ਬੀਜੇਪੀ ਦਾ ਪੰਜਾਬ ਦੇ ਵਿੱਚ ਤੇ ਹੁਣ ਤਾਂ ਧਿਰ ਵੀ ਬਣ ਰਹੀ ਲੱਗਦਾ ਹੈ ਕਿ ਟੱਕਰ ਸਿੱਖਤ ਕਿਸਾਨ ਮੋਰਚਾ ਬੀਜੇਪੀ ਨੂੰ ਦੇ ਪਾਊਗਾ ਉਸ ਹ पहली गल तो है कि अंदोलन चाहे चल रहा बीजेपी एक ऐसा संगठन है जो चौबीस घंटे तीन सौ पैंठ दिन काम करता है हाँ काम करने अंदाज बदलिया हो अपनी वर्किंग दे अंदर परिवर्तन लिया ले होगा लेकिन एक दिन भी मेरा कार्यकर्ता चैन नाल नहीं बैठाया उन पार्टी की मजबूती दे लगातार काम किया हूं मैं ਪਰसों ਰਾਤ ਨੂੰ ਹੀ ਮੇਰਾ ਬਟਾਲੀ ਵਿਧਾਨ ਸਭਾ ਦਾ ਟੂਰ ਸਮਾਪਤ ਹੋਇਆ। ਭਾਜਪਾ ਚ 23 ਸੀਟਾਂ ਲੜਦੀ ਸੀ। ਪਰ ਚਲਣਵੇਂ ਸੀਟਾਂ ਸਹਿਯੋਗੀਆਂ ਨੂੰ ਲੜਾਂਦੀ ਵੀ ਸੀ। ਇਸ ਕਰਕੇ ਕੋਈ ਵਿਧਾਨ ਸਭਾ ਕੋਈ ਜ਼ਿਲ੍ਹਾ ਕੋਈ ਮੰਡਲ ਐਸਾ ਨਹੀਂ ਹੈ ਜਿੱਥੇ ਭਾਜਪਾ ਦਾ ਝੰਡਾ ਚੁੱਕ ਕੇ ਭਾਜਪਾ ਜਿੰਦਾਬਾਦ ਦੇ ਨਾਅਰੇ ਲਗਾਉਣ ਵਾਲੇ ਕਾਰਜਕਰਤਾਂ। ਔਰ ਅੱਜ ਕਾਰਜਕਰਤਾਂ ਨੂੰ ਲੱਗਦਾ ਹੈ ਕਿ ਸਾਨੂੰ ਇਹ ਅਫਸਰ ਮਿਲਿਆ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਔਰ ਜੋ ਉਸਾ ਪੰਜਾਬੀਆਂ ਦਾ ਪਾਰਟੀ ਨੂੰ ਮਿਲ ਰਿਹਾ ਮੈਂ ਪਹਿਲਾਂ ਵੀ 2010 ਚ ਵੀ ਪਾਰਟੀ ਦਾ ਅਧਿਖਸ਼ ਰਿਆ ਮੈਂ ਬਦਲਦਾ ਹੋਇਆ ਪੰਜਾਬ ਦੇਖ ਰਿਹਾ ਬੀਜੇਪੀ ਨੂੰ ਲੈ ਕੇ ਲੋਕਾਂ ਚ ਸਮਾਜ ਦੇ ਹਰ ਵਰਗ ਚ ਉਸਾ ਹੈ ਤੁਸੀਂ ਨੁੱਕੜ ਚ ਕੇ ਇਹਨੂੰ ਪੁੱਛ ਲੋ ਰਖਸ਼ੇ ਵਾਲੇ ਨੂੰ ਪੁੱਛ ਲੋ ਚਾਹ ਵਾਲੇ ਨੂੰ ਪੁੱਛ ਲੋ ਇੰਡਸਟਰੀਅਲਿਸਟ ਨੂੰ ਪੁੱਛ ਲੋ ਖੇਤ ਚ ਕੰਮ ਕਰਨ ਵਾਲੇ ਨੂੰ ਪੁੱਛ ਲੋ ਉਹ ਕਹਿੰਦਾ ਸਰਕਾਰ ਤਾਂ ਬੀਜੇਪੀ ਨੇ ਬਣਾਨੀ ਹੈ ਅੱਗੇ ਉਹਨੂੰ ਜੇ ਕੋਈ ਸਵਾਲ ਕਰਦਾ ਕਿੰਦਾ ਬਣੇ ਕਹਿੰਦਾ ਇਹ ਮੈਨੂੰ ਪਤਾ ਨਹੀਂ ਪਰ ਸਰਕਾਰ ਬੀਜੇਪੀ ਨੇ ਬਣਾਨੀ ਹੈ ਇਹ ਜਿਹੜੀ ਭਾਵਨਾ ਹੈ ਇਹਦਾ ਮਤਲਬ ਜਨਤਾ ਦੀ ਆਵਾਜ਼ ਹੈ ਔਰ ਜਨਤਾ ਦੀ ਆਵਾਜ਼ ਜਿਹੜੀ ਹੈ ਰੱਬ ਦੀ ਆਵਾਜ਼ ਹੁੰਦੀ ਹੈ ਔਰ ਤੁਸੀਂ ਦੇਖਣਾ ਕਿ ਬੀਜੇਪੀ ਜਿਹੜੀ ਹੈ ਉਹ ਕਮਲ ਖਿਲੇਗਾ ਔਰ ਪੰਜਾਬ ਦੀ ਬਿਹਤਰੀ ਔਰ ਖੁਸ਼ਹਾਲੀ ਦੇ ਲਈ ਲੋਕੀ ਬੀਜੇਪੀ ਨਾਲ ਲਾਣਗੇ ਪਰ ਇੱਕ ਨਾ ਮਿਥਕ ਜਿਹੜੀ ਹੈਗੀ ਆ ਜਾਂ ਆਪਾਂ ਕਹਿ ਲਈਏ ਕਿ ਵਿਰੋਧੀ ਪਾਰਟੀ ਨੇ ਤੁਹਾਡੀ ਕ੍ਰੀਏਟ ਕੀਤੀ ਹੋਈ ਆ ਆਪਾਂ ਕਹਿ ਲਈਏ ਕਿ ਕਿਸਾਨ ਜਥੇਬੰਦੀਆਂ ਨੇ ਕ੍ਰੀਏਟ ਕੀਤੀ ਹੋਈ ਹੈ ਕਿ ਇਹ ਭਾਜਪਾ ਜਿਹੜੀ ਪੰਜਾਬ ਵਿਰੋਧੀ ਹੈਗੀ ਆ ਤੇ ਹੁਣ ਚਰਚਾਵਾਂ ਚੱਲਣ ਲੱਗੀਆਂ ਕਿ ਪੰਜਾਬ ਨੂੰ ਉਪਹਾਰ ਭਾਜਪਾ ਵੱਡੇ ਵੱਡੇ ਦੇ ਸਕਦੀ ਹੈ ਕਿ ਵਾਕਈ ਪਾਰਟੀ ਲੈਵਲ ਤੇ ਜਈਆਂ ਗੱਲਾਂ ਹੈਗੀਆਂ ਜਾਂ ਸਿਰਫ ਅਫਵਾਹਾਂ ਚੱਲ ਰਹੀਆਂ ਹੈ ਅੱਛਾ ਹੈ ਕਰਤਾਰਪੁਰ ਕੋਰੀਡੋਰ ਬਣਾਣਾ ਔਰ ਉਹਨੂੰ ਖੋਲਣਾ ਕਿ ਆ ਪੰਜਾਬ ਵਿਰੋਧੀ ਹੈ ਸ਼੍ਰੀ ਦਰਬਾਰ ਸਾਹਿਬ ਤੇ ਲੰਗਰ ਤੋਂ ਟੈਕਸ ਚੁੱਕਣਾ ਕਿਹ ਪੰਜਾਬ ਵਿਰੋਧੀ ਹੈ ਕਾਲੀ ਸੂਚੀ ਨੂੰ ਸਮਾਪਤ ਕਰਨਾ ਕਿਹ ਪੰਜਾਬ ਵਿਰੋਧੀ ਹੈ 84 ਦੇ ਦੰਗਈਆਂ ਨੂੰ ਜੇਲ੍ਹ ਤੱਕ ਪਹੁੰਚਾਣਾ ਕਿਹ ਬੀਜੇਪੀ ਪੰਜਾਬ ਵਿਰੋਧੀ ਹੈ ਪੰਜਾਬ ਦੀ ਅਗਰ ਹਾਤੀਸ਼ੀ ਕੋਈ ਪਾਰਟੀ ਹੈ ਤੇ ਉਹ ਕੇਵਲ ਔਰ ਕੇਵਲ ਬੀਜੇਪੀ ਹੈ ਕਾਂਗਰਸ ਨੇ ਰਾਜ ਕੀਤਾ ਹੈ ਲੇਕਿਨ ਨਾ ਸਿੱਖਾਂ ਦੀ ਨਾ ਪੰਜਾਬ ਦੀ ਨਾ ਸਿੱਖ ਪੰਥ ਦੀ ਦੀ ਕਦੀ ਕਦਰ ਕੀਤੀ اگر انہوں نے کبھی سکھ پنت دیਆਂ ਮਰਿਆਦਾਵਾਂ ਦੇ ਅੰਦਰ ਉਹਨਾਂ ਦੀ ਆਸਤਾ ਹੁੰਦੀ ਤੇ ਜਦੋਂ ਦੇਸ਼ ਦਾ ਵੰਡਵਾਰਾ ਹੋਇਆ ਸ੍ਰੀ ਕਰਤਾਰਪੁਰ ਸਾਹਿਬ ਪੰਜਾਬ ਦਾ ਦਾ ਹਿੱਸਾ ਹੁੰਦਾ ਨਾ ਕਿ ਪਾਕਿਸਤਾਨ ਦਾ ਹਿੱਸਾ ਹੁੰਦਾ ਇਸ ਕਰਕੇ ਵਿਰੋਧੀ ਕੀ ਕਹਿੰਦੇ ਨੇ ਪਰ ਸਾਡੇ ਦੁਆਰਾ ਕੀਤੇ ਗਏ ਪੰਜਾਬ ਦੇ ਲੋਕਾਂ ਲਈ ਜਿਹੜੇ ਕੰਮ ਨੇ ਉਹ ਪੰਜਾਬੀਆਂ ਨੂੰ ਪਤਾ ਹੈ ਕਿ ਅਗਰ ਕੋਈ ਪੰਜਾਬ ਦਾ ਭਲਾ ਕਰਦੀ ਹੈ ਜਾਂ ਪੰਜਾਬ ਦਾ ਭਲਾ ਕਰ ਸਕਦੀ ਹੈ ਤੇ بی جے پی ਕਰ ਸਕਦੀ ਹੈ ਕਾਂਗਰਸ ਦੱਸੇ ਨਾ 60 ਸਾਲ ਦੇ ਰਾਜ ਦੇ ਅੰਦਰ ਪੰਜਾਬ ਲਈ ਪੰਜਾਬੀਆਂ ਦੇ ਲਈ ਮੈਂ ਕੰਮ ਗਨ ਆਏ ਨੇ ਉਹਨਾਂ ਨੇ ਕੋਈ ਕੰਮ ਕੀਤਾ ਤੇ ਦੱਸੋ ਉਪਹਾਰ ਦੀ ਮੈਂ ਗੱਲ ਕੀਤੀ ਸੀ ਉਪਹਾਰ ਵੱਡੇ ਵੱਡੇ ਦਿੱਤੇ ਜਾ ਸਕਦੇ ਜਿਵੇਂ ਇੱਕ ਚਰਚਾ ਸੀ ਚੰਡੀਗੜ੍ਹ ਹੋ ਸਕਦਾ ਪੰਜਾਬ ਨੂੰ ਦਿੱਤਾ ਜਾ ਸਕੇ ਜਾਂ ਕਰਜ਼ਾ ਮੁਕਤੀ ਵੱਲ ਨਰਿੰਦਰ ਮੋਦੀ ਵੱਲ ਸਕਦੇ ਆ ਵੱਡਾ ਐਲਾਨ ਪੰਜਾਬ ਚ ਆ ਕੇ ਕਰ ਸਕਦੇ ਕੋਈ ਅਜਿਹੀ ਚਰਚਾ ਪਾਰਟੀ ਲੈਵਲ ਤੇ ਹੈ ਇਸ ਵੇਲੇ ਪੰਜਾਬ ਦੀ ਇਕਨੋਮੀ ਪੰਜਾਬ ਦਾ ਸਿਸਟਮ ਸਾਰਾ ਡਗਮਗਾਇਆ ਹੋਇਆ ਹੈ ਮੈਂ ਤੁਹਾਨੂੰ ਆਪਣੀ ਗੱਲ ਬਾਤ ਚ ਕਿਹਾ ਮਜਬੂਰ ਪੰਜਾਬ ਨਹੀਂ ਮਜਬੂਤ ਪੰਜਾਬ ਬੀਜੇਪੀ ਬਣਾਏਗੀ ਜਿੰਦ ਤੱਕ ਸਵਾਲ ਹੈ ਕਿ ਕੀ ਕੇਂਦਰ ਸਰਕਾਰ ਕੀ ਕਰਦਾ ਸਮੇਂ ਆਨਤੇ ਜੋ ਵੀ ਸਾਡੇ ਨਤ੍ਰਿਤਵ ਦੀ ਜਾਂ ਸਰਕਾਰ ਦੀ ਪੰਜਾਬ ਨੂੰ ਲੈ ਕੇ ਪਾਲਿਸੀ ਹੋਏਗੀ ਉਹ ਸਾਰਿਆਂ ਸਾਹਮਣੇ ਸਪਸ਼ਟ ਆਏਗੀ ਇਸ ਕਰਕੇ ਉਹਦੇ ਉੱਤੇ ਕੋਈ ਚਰਚਾ ਕਰਨ ਦਾ ਮੈਂ ਅੱਜ ਵਿਸ਼ੇ ਨਹੀਂ ਹੈ ਆ ਕਿਸ ਫੋਮ ਮੈਂ

ਪਰ ਹੁਣ ਸਵਾਲ ਤਾਂ ਖੜੇ ਹੋਣ ਲੱਗੇ ਕਿ ਉਹ ਰਾਜਨੀਤੀ ਦੇ ਵਿੱਚ ਨਿਤਰਨ ਲੱਗੀਆਂ ਨੇ ਹਾਲਾਂਕਿ ਪ੍ਰੈਸ ਕਾਨਫਰੰਸ ਕਰਕੇ ਐਲਾਨ ਕਰਨਗੇ ਕਿ ਕੀ ਪਾਰਟੀ ਦਾ ਨਾਮ ਹੋਊਗਾ ਧਿਰ ਬਣੂਗੀ ਕਿਸੇ ਪਾਰਟੀ ਨੂੰ ਸਪੋਰਟ ਕਰਨਗੀਆ ਇਹ ਸਾਰੀ ਚੀਜ਼ਾਂ ਬਾਅਦ ਚ ਪਤਾ ਲੱਗਣਗੀਆਂ ਕੈਮਰਾ ਪਰਸਨ ਪ੍ਰਦੀਪ ਦੇ ਨਾਲ ਆਸ਼ੂ ਅਨੇਜਾ ਲਿਵਿੰਗ ਇੰਡੀਆ ਨਿਊਜ਼ ਚੰਡੀਗੜ੍ਹ